ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਦੁੱਖਦਾਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਖਬਰ ਪੰਜਾਬ ਤੋਂ ਜਿੱਥੇ ਵਾਪਰਿਆ ਦਿਲ ਕੰਬਾਉ ਖਾਤਸਾ ਨਹਿਰ ਦੇ ਵਿੱਚ ਰੁੜ ਗਿਆ ਪੂਰਾ ਪਰਿਵਾਰ ਸੋ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਐਤਵਾਰ ਨੂੰ ਪਏ ਮੀਂਹ ਤੋਂ ਬਾਅਦ ਪਟਿਆਲਾ ਦੀ ਰਾਵ ਨਹਿਰ ਉਫਾਨ ਤੇ ਆ ਗਈ ਹੈ ਜੀ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਇੱਕ ਪਰਿਵਾਰ ਰੁੜ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਮਿਲੀ ਖਬਰ ਦੇ ਅਨੁਸਾਰ ਹਾਲੇ ਤੱਕ ਉਕਤ ਲੋਕਾਂ ਸਬੰਧੀ ਕੁਝ ਥੋ ਪਤਾ ਨਹੀਂ ਲੱਗ ਸਕਿਆ ਦੱਸਣ ਯੋਗ ਹੈ ਕਿ ਨਵਾਂ گاਉਂ ਦੇ ਕੋਲੇ ਪਿੰਡ ਕਾਨੇ ਕਾ ਬਾੜਾ ਦੇ ਨਜ਼ਦੀਕ ਪਹਿਲਾਂ ਵੀ ਨੌਜਵਾਨ ਅਤੇ ਲੜਕੀ ਦੀ ਨਦੀ ਦੇ ਵਿੱਚ ਰੁੜਨ ਨਾਲ ਮੌਤ ਹੋ ਚੁੱਕੀ ਆ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਹਰਕਤ ਦੇ ਵਿੱਚ ਆਗੇ ਮੌਕੇ ਤੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਇਲਾਕੇ ਦਾ ਨਰੀਖਣ ਕੀਤਾ ਜਾ ਰਿਹਾ ਜੀ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਅਜਿਹੇ ਕਈ ਹਾਦਸੇ ਹੋ ਚੁੱਕੇ ਨੇ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਜਨਤਾ ਦੀ ਸੁਰੱਖਿਆ ਲਈ ਕੋਈ ਪੂਖਤਾ ਕੰਮ ਨਹੀਂ ਕੀਤੇ ਗਏ ਸੋ ਮੋਟਰਸਾਈਕਲ ਤੇ ਕੰਮ ਤੇ ਜਾ ਰਹੇ ਸਨ ਤਿੰਨ ਇਲਾਕੇ ਦੇ ਸਮਾਜ ਸੇਵੀ ਸਤਨਾਮ ਟਾਂਡਾ ਨੇ ਦੱਸਿਆ ਕਿ ਪਿੰਡ ਟਾਂਡਾ ਦੀ ਪੰਚ ਸੁਨੀਤਾ ਉਹਨਾਂ ਦਾ ਪਤੀ ਸੱਜਨ ਤੇ ਬੇਟੀ ਜਿਸ ਦੀ ਉਮਰ 16 ਸਾਲ ਹੈ ਨਵਾਂ گاਉਂ ਤੋਂ ਟਾਂਡਾ ਰੇ ਸਨ ਕਾਨੇ ਕਾ ਬਾੜਾ ਪਿੰਡ ਕੋਲੇ ਨਹਿਰ ਉਫਾਨ ਤੇ ਸੀ ਉਹ ਰਸਤਾ ਪਾਰ ਕਰਨ ਲੱਗੇ ਤਾਂ ਮੋਟਰਸਾਈਕਲ ਦੇ ਸਮੇਤ ਨਹਿਰ ਦੇ ਵਿੱਚ ਰੁੜ ਗਏ ਕੜਨਾ ਦੀ ਸੂਚਨਾ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ ਗਈ ਉਹਨਾਂ ਨੇ ਦੱਸਿਆ ਕਿ ਐਸ ਡੀ ਐਮ ਖਰੜ ਵੱਲੋਂ ਵੀ ਪੂਰੀ ਜਾਣਕਾਰੀ ਹਾਸਲ ਕੀਤੀ ਗਈ ਹੈ ਖਬਰ ਲਿਖੇ ਜਾਣ ਤੱਕ ਕੋਈ ਖਰਾ ਸਰਾਗ ਜਿਹੜਾ ਪ੍ਰਾਪਤ ਨਹੀਂ ਸੀ ਘਟਨਾ ਦੀ ਸੂਚਨਾ ਪੁਲਸ ਦੇ ਵੱਲੋਂ ਪਿੰਡ ਦੀ ਸਹਾਇਤਾ ਦੇ ਨਾਲ ਨੈਟ ਦੇ ਵਿੱਚ ਰੂੜੇ ਲੋਕਾਂ ਦੀ ਪਾਲ ਕੀਤੀ ਜਾ ਰਹੀ ਹੈ ਪਿੰਡ ਦੇ ਲੋਕ ਵੀ ਨਦੀ ਦੇ ਏਰੀਆ ਤੇ ਪਿੰਡ ਦੇ ਆਸ-ਪਾਸ ਲੋਕਾਂ ਨੂੰ ਸੂਚਿਤ ਕਰਕੇ ਪਾਲ ਦੇ ਵਿੱਚ ਜੁਟੇ ਹੋਏ ਹਨ ਧੰਨਵਾਦ